ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਪਿੰਡਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਵੱਖ-ਵੱਖ ਉਮੀਦਵਾਰਾਂ ਵੱਲੋਂ ਆਪਣੇ ਹੱਕ 'ਚ ਵੋਟਰਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ। ਇਸੇ ਤਹਿਤ ਪਿੰਡ ਤੱਗੜ ਤੋਂ ਸਰਪੰਚੀ ਦੇ ਉਮੀਦਵਾਰ ਸ਼੍ਰੀਮਤੀ ਦੀਸ਼ੋ ਵੱਲੋਂ ਆਪਣੇ ਸਮੂਹ ਪਿੰਡ ਵਾਸੀਆਂ ਤੋਂ ਉਹਨਾਂ ਦੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਉਹਨਾਂ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਜੇਕਰ ਉਹ ਉਹਨਾਂ ਨੂੰ ਕਾਮਯਾਬ ਬਣਾਉਂਦੇ ਹਨ ਤਾਂ ਉਹ ਬਿਨਾਂ ਕਿਸੇ ਧੜੇਬੰਦੀ ਤੋਂ ਪਿੰਡ ਦਾ ਵਿਕਾਸ ਕਰਨਗੇ। ਉਹਨਾਂ ਪਿੰਡ ਦੇ ਵੋਟਰਾਂ ਨੂੰ ਚੋਣ ਨਿਸ਼ਾਨ, ਹਾਕੀ, ਗੋਲਾ ਤੇ ਮੋਹਰਾਂ ਲਗਾ ਕੇ ਉਹਨਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਕਰਵਾ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਤੱਗੜ ਤੋਂ ਰਹਿਣ ਵਾਲੀ ਮੈਂ ਦੀਸ਼ੋ, ਮੇਰਾ ਨਾਂ ਆ। ਚੋਣ ਨਿਸ਼ਾਨ ਮੇਰਾ ਹੈਗਾ ਹਾਕੀ ਗੋਲਾ। ਸਾਰੇ ਜਾਣੇ ਭੈਣ ਭਰਾ ਮੇਰੇ, ਬੱਚੇ, ਪਰਿਵਾਰ ਸਾਰਾ ਮੇਰਾ, ਮੈਨੂੰ ਵੱਧ ਵੱਧ ਤੋਂ ਵੱਧ ਕੇ ਚੜ੍ਹ ਕੇ ਵੋਟਾਂ ਪਾਓ ਅਤੇ ਮੈਨੂੰ ਕਾਮਯਾਬ ਕਰਾਓ। ਮੇਰੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਵੇਗੀ। ਬਾਕੀ ਜਿੰਨੇ ਰੁਕੇ ਹੋਏ ਕੰਮ ਆ, ਜਾਂ ਕੋਈ ਥੁੜੇ ਆ ਕੰਮ, ਜਾਂ ਰਹਿੰਦੇ ਆ, ਸਾਰੇ ਮੈਂ ਕਹਿ ਸੁਣ ਕੇ ਸਾਰੇ ਕਰਾਊਂਗੀ। ਭੱਜ ਨੱਠ ਕਰੂੰ, ਜਿੰਨਾ ਮੇਰੇ 'ਚ ਹਿੰਮਤ ਹੋਈ ਸਾਰੀ ਭੱਜ ਨੱਠ ਕਰੂੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਸਾਂਝ ਟੀਵੀ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।